ਮੋਰਿੰਡਾ ਵਿੱਚ ਨਿੱਜੀ ਅਦਾਰਿਆਂ ਵੱਲੋਂ ਸਰਕਾਰੀ ਪ੍ਰਾਪਰਟੀ ਤੇ ਆਪਣੇ ਇਸ਼ਤਿਹਾਰੀ ਬੋਰਡ ਲਗਾ ਕੇ ਜਿੱਥੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ, ਇਹ ਨਹੀਂ ਆਪਣੇ ਇਸ਼ਤਿਹਾਰਾਂ ਦੇ ਨਾਲ ਸੰਬੰਧਿਤ ਫਲੈਕਸ ਬੋਰਡ ਬਿਜਲੀ ਦੀ ਹਾਈ ਵੋਲਟੇਜ ਵਾਲੇ ਖੰਭਿਆਂ ਤੇ ਟੰਗੇ ਜਾ ਰਹੇ ਨੇ। ਇਹਨਾਂ ਲੋਹੇ ਦੇ ਬੋਰਡਾਂ ਕਾਰਨ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਜਦੋਂ ਇਸ ਸੰਬੰਧੀ ਬਿਜਲੀ ਬੋਰਡ ਦੇ ਐਸਡੀਓ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਿਨ੍ਹਾਂ ਨਿੱਜੀ ਅਦਾਰਿਆਂ ਵੱਲੋਂ ਬਿਜਲੀ ਦੇ ਖੰਭਿਆਂ ਦੇ ਨਾਲ ਆਪਣੇ ਬੋਰਡ ਬੰਨੇ ਗਏ ਨੇ ਉਹਨਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਅਸੀਂ ਇਹਨਾਂ ਨੂੰ ਇੱਕ ਤਾਂ ਨੋਟਸ ਕੱਢ ਕੇ ਇਹਨਾਂ ਨੂੰ ਨਾ ਤਾਰੇ ਤੇ ਬੰਦੀ ਕਾਰਵਾਈ ਹੈ ਜੋ ਕਿ ਬੋਰਡ ਕੀਤੀ ਜਾਊਗੀ। ਠੀਕ ਹੈ, ਆਓ ਦੇ ਕਹਿਣ ਤੋਂ ਬਾਅਦ ਇਹਨਾਂ ਨੂੰ ਅਸੀਂ ਨੋਟਸ ਦੇ ਰਹੇ ਹਾਂ।